ਜੀ ਰੌਰ ਸਾਡੇ ਕੋਲ ਅਗਲਾ ਫੇਸਬੁਕ ਮੈਸੇਜ ਆਇਆ ਹੈ ਓੰਕਾਰ ਸਿੰਘ ਸਾਹਬ ਜੀ ਦਾ ਇਹ ਲਿਖਦੇ ਹਨ ਮੇਰੇ ਵੱਲੋਂ ਡਾਕਟਰ ਅਮਰਜੀਤ ਸਿੰਘ ਜੀ ਅਤੇ ਪੰਨੀਲਮਕੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਮੈਂ ਕੁਝ ਫੋਟੋਆਂ ਭੇਜੀਆਂ ਹਨ ਤੁਹਾਨੂੰ ਜੋ ਫੇਸਬੁਕ ਤੇ ਆਮ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਇਹ ਗੱਲ ਸਾਫ਼ ਜਾਰ ਹੋ ਰਹੀ ਹੈ ਕਿ ਕਿਵੇਂ ਆਰਐਸਐਸ ਵਾਲੇ ਸਾਡੇ ਹੀ ਪੇਸ ਵਿੱਚ ਸਾਡੇ ਚ ਵਿਚਰ ਰਹੇ ਹਨ ਆਪ ਬਹੁਤ ਹੀ ਫਿਕਰ ਵਾਲੀ ਗੱਲ ਹੈ ਸਿੰਘ ਸਾਹਿਬ ਜੀ ਮੇਰੀ ਬੇਨਤੀ ਹੈ ਕਿ ਇਸ ਮੁਸੀਬਤ ਨੂੰ ਛੁਟਕਾਰਾ ਪਾਉਣ ਲਈ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ 10 ਨਵੰਬਰ ਨੂੰ ਸਰਬੱਤ ਖਾਲਸਾ ਸਦਕੇ ਜਿੱਥੇ ਸਾਡੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਕਿਰਪਾ ਕਰਕੇ ਇਸ ਵਾਰ ਇਸ ਮਤੇ ਬਾਰੇ ਵੀ ਵਿਚਾਰ ਕੀਤੀ ਜਾਵੇ ਸਿੱਖ ਕੌਮ ਦੀ ਆਪਣੀ ਇੱਕ ਐਫਆਈ ਐਫਬੀਆਈਡੀ ਤਰ੍ਹਾਂ ਏਜੰਸੀ ਹੋਵੇ ਜੋ ਲੋੜ ਪੈਣ ਤੇ ਕੰਮ ਆ ਸਕੇ ਜੋ ਪੜੇ ਲਿਖੇ ਚੁਸਤ ਚਲਾਕ ਅਤੇ ਤੇਜ ਦਿਮਾਗ ਨੌਜਵਾਨਾਂ ਦਾ ਇੱਕ ਗਰੁੱਪ ਹੋਵੇ ਜਿਹੜੇ ਸਿਰਫ ਸਿੱਖੀ ਲਈ ਕੰਮ ਕਰਨ ਇਹਨਾਂ ਦੁਸ਼ਤਾਂ ਵਿੱਚ ਰਲ ਕੇ ਇਹਨਾਂ ਨੂੰ ਖਤਮ ਕਰ ਸਕੀਏ ਮਾਫ ਕਰਨਾ ਪਰ ਕਦੋਂ ਤੱਕ ਅਸੀਂ ਆਪਣੇ નિર્ਦੋਸ਼ ਭੈਣ ਭਰਾਵਾਂ ਨੂੰ ਮਰਵਾਏ ਜਾਣਾ ਹੈ ਇਸ ਲਈ ਕਿਸੇ ਏਜੰਸੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਇਸ ਬਾਰੇ ਪੰਥਦਰਦੀਆਂ ਵੱਲੋਂ ਵਿਚਾਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੱਖਦਾ ਅਵੀਰੰਕਾਰ ਸਿੰਘ ਸਾਹਿਬਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਦਾ ਹੁਣ ਇਹ ਚੈਲੰਜ ਲਾਈਨ ਵੀ ਸ਼ੁਰੂ ਹੋਈ ਹੈ ਆਰਐਸਐਸ ਦਾ ਰਾਸ਼ਟਰੀ ਸਿੱਖ ਸੰਗਤ ਦਾ ਇੱਕ ਡੈਲੀਗੇਸ਼ਨ ਜਾ ਕੇ ਗਵਰਨਰ ਪੰਜਾਬ ਨੂੰ ਮਿਲਿਆ ਹੈ ਮੈਮੋਰੈਂਡਮ ਦਿੱਤਾ ਹੈ ਬੀਜੇਪੀ ਦੇ ਵਿੰਗ ਨੇ ਔਰ ਆਰਐਸਐਸ ਦੇ ਇਸ ਨੇ ਕਿਹਾ ਜੀ ਅਸੀਂ ਸਰਬੱਤ ਖਾਲਸਾ ਦੀ ਹਮਾਇਤ ਕਰਨ ਨੂੰ ਤਿਆਰ ਹਾਂ ਜੇ ਉੱਥੇ ਖਾਲਸਤਾਨ ਦੀ ਗੱਲ ਨਾ ਹੋਵੇ ਔਰ ਇਹ ਸਿਰਫ ਧਾਰਮਿਕ ਔਰ ਸਮਾਜਿਕ ਪੱਧਰ ਤੇ ਗੱਲ ਹੋਈ ਜੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜੀ ਇਸ ਵੇਲੇ ਇੱਕ ਬੜਾ ਵੱਡਾ ਲੀਡਰਸ਼ਿਪ ਗੈਪ ਆ ਗਿਆ ਸਿੱਖਾਂ ਚ ਔਰ ਅਸੀਂ ਉਸ ਗੈਪ ਨੂੰ ਭਰਨ ਨੂੰ ਤਿਆਰ ਹਾਂ ਸੋ ਜੇ ਤੁਸੀਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਔਰ ਜਿਹੜੀ ਰਾਂਚੀ ਦੇ ਵਿਚਾਰ ਅਸਿਸ ਦੇ ਅਲੋਕ ਕੁਮਾਰ ਨੇ ਕਹੀ ਗੱਲ ਕਿ ਜੀ ਇਹ ਜਿਹੜਾ ਬੇਅਦਵੀ ਹੋ ਰਹੀ ਹੈ ਲੋਕਾਂ ਦੇ ਰੋਧ ਦਾ ਪ੍ਰਗਟਾਵਾ ਹੈ ਤੇ ਫਿਰ ਤੁਸੀਂ ਟੂ ਐਂਡ ਟੂ ਟੁਗੇਦਰ ਔਰ ਜਿਵੇਂ ਕੁਸਪੈਟ ਦੀ ਗੱਲ ਕੀਤੀ ਜਿਸ ਤਰੀਕੇ ਨਾਲ ਉਹਨਾਂ ਨੇ ਰਾਜਦੇਵ ਸਿੰਘ ਬਰਣਾਲੇ ਨੂੰ ਮਾਲਵਾ ਰੀਜਨ ਦਾ ਬਣਾਇਆ ਔਰ ਅੱਜ ਪੱਗਾਂ ਵਾਲੇ ਔਰ ਪਿੰਡੂ ਮੂਲ ਦੇ ਬੰਦੇ ਵੀ ਜਿਹੜੇ ਨੇ ਉਹ ਇਹਨਾਂ ਦੇ ਲਈ ਕੰਮ ਕਰਨ ਨੂੰ ਤਿਆਰ ਨੇ ਪੂਰਾ ਪੰਜਾਬੀ ਦੇ ਵਿੱਚ ਰਸਾਲੇ ਕੱਢਦੇ ਨੇ ਔਰ ਹਰ ਥਾਂ ਆਪਣੀ ਮੌਜੂਦਗੀ ਔਰ ਦਿੱਲੀ ਕਮੇਟੀ ਦੇ ਵਿੱਚ ਵੀ ਇਹਨਾਂ ਦੇ ਬੰਦੇ ਨੇ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਪੂਰਾ ਹਾਲਾਂ ਬਾਦਲ ਦਾ ਸਿੱਧੇ ਤੌਰ ਤੇ ਜਿਹੜੀ ਅਗਵਾਈ ਹੈ ਉਹ ਇਹਨਾਂ ਤੋਂ ਲੈਂਦਾ ਤੇ ਲੇਖਨ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ গ্রਾਸ ਰੂਟ ਲੈਵਲ ਤੇ ਵੀ ਇਹਨਾਂ ਦੀ ਇਨਫਿਲਟ੍ਰੇਸ਼ਨ ਹੈ ਜੀ ਔਰ ਇਹਨਾਂ ਨੇ ਇਹ ਸੁਝਾਅ ਦਿੱਤਾ ਹੈ ਕਿ ਵੀ 10 ਨਵੰਬਰ ਨੂੰ ਜਦੋਂ ਸਰਬਤ ਖਾਲਸਾ ਦੇ ਬਾਕੀ ਵਿਚਾਰੇ ਜਾਣੇ ਨੇ ਮਤੇ ਔਰ ਵਿਚਾਰਾ ਹੋਣੀਆਂ ਨੇ ਐਫ ਬੀ ਆਈ ਪੱਧਰ ਤੇ ਕਹਿਣਾ ਤੋਂ ਉਹ ਇਹ ਚਾਹੁੰਦੇ ਨੇ ਇੰਟੈਲੀਜੈਂਸ ਏਜੰਸੀ ਐਫ ਬੀ ਆਈ ਇਨਫੈਕਟ ਇੰਟੈਲੀਜੈਂਸ ਏਜੰਸੀ ਨਹੀਂ ਹੁੰਦੀ ਇਹ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਜਿਹੜੀ ਕਿ ਲਾ ਐਨਫੋਰਸਮੈਂਟ ਏਜੰਸੀ ਹੈ ਪਰ ਉਹਨਾਂ ਦਾ ਕਹਿਣਾ ਹੈ ਸੀਆਈਏ ਵਾਂਗ ਹੈ ਜਾਂ ਇੰਟੈਲੀਜੈਂਸ ਵਿੱਚ ਇਜ਼ਰਾਈਲ ਦੀ 모사드 ਹੈ ਜਿਹਾ ਭਾਰਤ ਦੀ ਰਾ ਹੈ ਜਿਹੜੀ ਕਿ ਖੁਫੀਆ ਤੌਰ ਤੇ ਜਿਸ ਨੂੰ ਕਵਰਟ ਆਪਰੇਸ਼ਨ ਕਹਿੰਦੇ ਨੇ ਓਵਰਟ ਹੁੰਦਾ ਜਿਹੜਾ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਹੈ ਕਵਰਟ ਜਿਹੜਾ ਖੁਫੀਆ ਆਪਰੇਸ਼ਨ ਹੈ ਜੀ ਸੋ ਇਹਨਾਂ ਦਾ ਕਹਿਣਾ ਕਿ ਵੀ ਤੇਜ਼ਰਾਰ ਨੌਜਵਾਨ ਜਿਹੜੇ ਨੇ ਇਸ ਦਾ ਹਿੱਸਾ ਹੋਣ ਇਹਨਾਂ ਚ ਵੜ ਕੇ ਅਸੀਂ ਜਿਹੜਾ ਦੁਸ਼ਟਾਂ ਨੂੰ ਸਜ਼ਾਯਾਫਤਾ ਕਰੀਏ ਦੇਖੋ ਪਹਿਲੀ ਗੱਲ ਤਾਂ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਜਾਂ ਮਥੇ ਉਹ ਕੋਈ ਪਬਲਿਕਲੀ ਨਹੀਂ ਕੀਤੇ ਜਾਂਦੇ ਔਰ ਦੂਸਰਾ ਮੈਨੂੰ ਜਿਹੜਾ ਫਿਕਰ ਹੈ ਔਰ ਮੈਂ ਆਲਰੇਡੀ ਆਪਣੇ ਪਹਿਲੇ ਸੈਗਮੈਂਟਸ ਦੱਸ ਕੇ ਹੀ ਹਟੇ ਕਿ ਵੀ ਜਿੱਥੇ ਸਾਡਾ ਇਸ ਕਿਸਮ ਦਾ ਡਿਸਟਰਸਟ ਇੱਕ ਦੂਜੇ ਦੇ ਉੱਤੇ ਬਣਿਆ ਹੋਇਆ ਹੈ ਅਸੀਂ ਆਪਣੇ ਭਰਾ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ ਜੀ ਉੱਥੇ ਅਸੀਂ ਕਿਸ ਕਿਸਮ ਦੀ ਲੜਾਈ ਜਿਸ ਦੁਸ਼ਮਣ ਦੇ ਨਾਲ ਸਾਡੀ ਲੜਾਈ ਹੈ ਔਰ ਜਦੋਂ ਅਸੀਂ ਆਰਐਸਐਸ ਦੇ ਕੰਟੈਕਸਟ ਗੱਲ ਕਰਦੇ ਜਦੋਂ ਤੁਸੀਂ ਉਹਨਾਂ ਦੇ ਕੰਮ ਕਰਨ ਦਾ ਅੰਦਾਜ਼ ਦੇਖਦੇ ਹੋ ਹੁਣ ਅਮਿਤ ਸ਼ਾ ਬਿਹਾਰ ਦੇ ਵਿੱਚ ਵੀ ਉਹਨੇ ਇਹ ਸਾਰੀ ਚੋਣ ਮੁਹਿੰਮ ਜਿਹੜੀ ਹੈ ਉਹ ਖੜੀ ਹੈ ਔਰ ਇਹ ਜਦੋਂ ਅਸੀਂ ਦੇਖਦੇ ਹਾਂ ਇਹਨਾਂ ਦੇ ਇੰਟੈਲੀਜੈਂਸ ਦਾ ਹਿੱਸਾ ਹੁੰਦਾ ਹੈ ਕਿ ਦੋਖ ਜਿਹੜੇ ਨੇ ਉਹ ਕੋਈ ਗਾਂ ਦਾ ਇਸ਼ੂ ਖੜਾ ਕਰ ਦਿੰਦੇ ਨੇ ਜੋਗੀ ਕੋਈ ਕਿਤੇ ਹੋਰ ਕਰ ਦਿੰਦਾ ਕੋਈ ਉਧਰ ਸ਼ਿਵ ਸੈਨਾ ਦੇ ਨਾਲ ਪੰਗਾ ਲੈ ਲੈਂਦਾ ਕੋਈ ਸ਼ਿਵ ਸੈਨਾ ਇਹਨਾਂ ਦੇ ਨਾਲ ਰਲ ਜਾਂਦੀ ਹੈ ਔਰ ਇੰਨਾ ਕ ਕਨਫਿਊਜ਼ਨ ਕਿ ਲੱਗੇ ਕਿ ਜੀ ਇਹ ਆਪਸ ਵਿੱਚ ਸਹਿਮਤ ਨਹੀਂ ਨੇ ਪਰ ਕੁੱਲ ਮਿਲਾ ਕੇ ਸ਼ਾਮ ਨੂੰ ਇਹ ਫਿਰ ਇਕੱਠੇ ਹੁੰਦੇ ਨੇ ਜਿਵੇਂ ਅਮਿਤ ਸ਼ਾਹ ਦੇ ਹਵਾਲੇ ਨਾਲ ਆਇਆ ਜੀ ਕਿ ਉੱਥੇ ਜ਼ਾਇਰਾ ਦੌਰ ਤੇ ਖਬਰਾਂ ਤਾਂ ਸੀ ਵੀ ਸ਼ਾਇਦ ਅਮਿਤ ਸ਼ਾਹ ਔਰ ਆਰਐਸਐਸ ਦਾ ਕਾਡਰ ਜਿਹੜਾ ਬੀਜੇਪੀ ਨੂੰ ਵੋਟਾਂ ਦਿਵਾਣ ਲੇ ਉੱਥੇ ਦਿਨ ਰਾਤ ਇੱਕ ਪਰ ਟੱਕਰ ਹੋ ਰਹੀ ਹੈ ਉਹਨਾਂ ਨੇ ਕਿਹਾ ਜੀ ਅੰਦਰੂਲੇ ਸੋਰਸ ਨੇ ਦੱਸਿਆ ਵੀ ਇਹ ਵੀ ਸਾਡੀ ਸਟਰੈਟਜੀ ਦਾ ਹਿੱਸਾ ਹੀ ਸੀ ਤਾਂ ਕਿ ਜਿਹੜੇ ਲੋਕ ਅਮਿਤ ਸ਼ਾਹ ਤੋਂ ਮਤਫਕ ਨਹੀਂ ਵੀ ਹੁੰਦੇ ਉਹ ਇਹ ਕਹਿਣਗੇ ਨਹੀਂ ਇਹ ਤਾਂ ਅੱਡ ਨੇ ਤੇ ਸ਼ਾਮ ਨੂੰ ਕਹਿੰਦੇ ਵੀ ਅਸੀਂ ਇਕੱਠੇ ਹੀ ਬੈਠ ਕੇ ਜਿਹੜਾ ਉਹਨੂੰ ਸਟਰੈਟਜਾਈਜ਼ ਕਰਦੇ ਸੀ ਸੋ ਮੈਂ ਸਮਝਦਾ ਹੈ ਵੀ ਅਸੀਂ ਅਜੇ ਉਸ ਲੈਵਲ ਤੱਕ ਤਾਂ ਕਿੱਥੇ ਗਏ ਆਂ ਜੇ ਅਸੀਂ ਕੋਈ ਖੁਫੀਆ ਏਜੰਸੀ ਬਣਾ ਕੇ ਇਹਨਾਂ ਦੇ ਵਿੱਚ ਵੜੀਏ ਜੇ ਅਸੀਂ ਆਪਣੇ ਕਾਰਡਰ ਨੂੰ ਹੀ ਘਟੋ ਘਟ ਉਹਨਾਂ ਦਾ ਮਨੋਬਲ ਕਾਇਮ ਰੱਖੀਏ ਕਿਉਂਕਿ ਜਿਸ ਕਿਸਮ ਦਾ ਮਾਹੌਲ ਇਸ ਵੇਲੇ ਅੱਜ ਵੀ ਸਾਰਾ ਦਿਨ ਨਿਰਾਸ਼ਾ ਵਾਲੀਆਂ ਕਹਾਵਲਾਂ ਦਾ ਹੀ سلسلہ ਰਿਹਾ ਹੈ ਇਹ ਹੀ ਜਦੋਂ ਕੁਝ 4 ਦਿਨ ਪਹਿਲਾਂ ਚੰਗਾ ਵਾਪਰਦਾ ਤੇ ਨਿਰਾਸ਼ਾ ਇਸ ਲਈ ਕਿ ਜੀ ਕੀ ਹੋ ਰਿਹਾ ਹੈ ਵੀ ਸਾਡੇ ਆਪਣੇ ਜਿਹੜੇ ਨੇ ਉਹ ਇੱਕ ਪੇਜ ਤੇ ਆਉਣ ਨੂੰ ਤਿਆਰ ਨਹੀਂ ਨੇ ਔਰ ਇਹ ਕੀ ਅਸੀਂ ਕੱਢਾਂਗੇ ਔਰ ਮੈਂ ਵੀ ਜਿਹੜਾ ਇਸ ਦੀ ਉਦਾਸੀ ਨੂੰ ਜਾਂ ਦਾ ਰਾਸਤਾ ਨੂੰ ਆਪਣੇ ਜਿਹੜੇ ਸਾਡੇ ਪੰਜ ਦਰਦੀ ਨੇ ਉਸ ਅਸਰ ਨੂੰ ਕਬੂਲ ਦਾ ਅਲਟੀਮੇਟਲੀ ਅਸੀਂ ਸਾਰੇ ਹਿਊਮਨ ਬੀਇੰਗ ਹੈ ਨੋ ਮੈਟਰ ਕਿੰਨਾ ਚੜ੍ਹਦੀ ਕਲਾ ਦਾ ਤੁਹਾਡਾ ਮਾਈਂਡ ਸੈਟ ਹੋਏ ਅਲਟੀਮੇਟਲੀ ਲੱਗਦਾ ਹੈ ਕਿ ਵੀ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਇੱਕ ਵਾਰੀ ਕੌਮ ਫਿਰ ਜਾ ਕੇ ਖਲੋਤੀ ਹੋਈ ਹੈ ਦੁਸ਼ਮਣ ਕੰਬਿਆ ਹੋਇਆ ਏਜੰਸੀਆਂ ਹਿੱਲੀਆਂ ਹੋਈਆਂ ਨੇ ਬਾਦਲਕੋੜ ਮਾ ਜਿਹੜਾ ਉਹ ਬਿਲਕੁਲ ਉਹਨਾਂ ਨੂੰ ਵਕਤ ਪਿਆ ਹੋਇਆ ਵੀ ਕਿਵੇਂ ਹੈਂਡਲ ਕਰਨਾ ਤੇ ਅਸੀਂ ਜਿਹੜੇ ਹੈ ਜਿਨ੍ਹਾਂ ਨੇ ਉਸ ਗੈਪ ਨੂੰ ਭਰਨਾ ਹੈ ਅਸੀਂ ਜਿਹੜੇ ਆ ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਉਲਝੇ ਹੋਏ ਆਂ ਔਰ ਇਹ ਜਿਹੜਾ ਇਸ ਜਿਹੜਾ ਇੱਕ ਮੌਕਾ ਕ੍ਰੀਏਟ ਹੋਇਆ ਔਪਰਚੁਨਿਟੀ ਕ੍ਰੀਏਟ ਹੋਈ ਹੈ ਉਸ ਨੂੰ ਗ੍ਰੈਬ ਕਰਨ ਨੂੰ ਤਿਆਰ ਹੀ ਨਹੀਂ ਹੈ ਤਾਂ ਫਿਰ ਅਲਟੀਮੇਟਲੀ ਇਹੀ ਕਵਾਂਗੇ ਕਿ ਜੀ ਕਬੀਰ ਸਤਗੁਰ ਸੱਚਾ ਕਿਆ ਕਰੇ ਜਾਂ ਸਿੱਖਾਂ ਵਿੱਚੂ ਗੁਰੂ ਬਾਰ-ਬਾਰ ਸਾਨੂੰ ਮੌਕਾ ਦੇ ਰਿਹਾ ਔਰ ਅਸੀਂ ਇਸ ਗੱਲ ਦੇ ਉੱਤੇ ਲੱਗੇ ਹੋਏ ਆਂ ਔਰ ਮੈਨੂੰ ਕੱਲ ਇਹ ਗੱਲ ਯਾਦ ਆ ਰਹੀ ਸੀ ਕਿਸੇ ਜ਼ਮਾਨੇ ਦੀ ਪਹਿਲਾਂ ਦੀ ਪੜ੍ਹੀ ਹੋਈ ਪੜ੍ਹੀ ਹੋਈ ਤਾਂ ਕੀ ਕਿਸੇ ਨੇ ਉਹ ਹਿਊਮਰ ਦੇ ਵਿੱਚ ਕਿਹਾ ਸੀ ਕਿਸੇ ਨੇ ਪੁੱਛਿਆ ਕਿਸੇ ਵਿਦਵਾਨ ਨੂੰ ਕਿ ਜੀ 1947 ਚ ਮੁਸਲਮਾਨ ਲੜ ਰਹੇ ਸੀ ਆਪਣਾ ਪਾਕਿਸਤਾਨ ਬਣਾਉਣ ਲਈ ਹਿੰਦੂਆ ਨੂੰ ਸੀ ਵੀ 800 ਸਾਲ ਬਾਅਦ ਅਸੀਂ ਰਾਜ ਕਾਇਮ ਕਰ ਰਹੇ ਤੇ ਸਿੱਖਾਂ ਨੇ ਕਿਉਂ ਨਾ ਫਿਕਰ ਕੀਤਾ ਜੀ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਸਿੱਖਾਂ ਨੇ ਫਿਕਰ ਕੀਤਾ ਸੀ ਉਹਨਾਂ ਨੇ ਕਿਹਾ ਜੀ ਸਾਰੇ ਸਿੱਖਾਂ ਦਾ ਇੱਕ ਵੱਡਾ ਵਿਦਵਾਨਾਂ ਦਾ ਇਕੱਠ ਹੋਇਆ ਹੈ ਕਿ ਕੀ ਸਿੱਖਾਂ ਦਾ ਹੋਣਾ ਚਾਹੀਦਾ ਔਰ ਕਹਿੰਦੇ ਵੀ ਜਦੋਂ ਇਕੱਠ ਇਕੱਠਾ ਹੋਇਆ ਤੇ ਜਿਹੜਾ ਸਟੇਜ ਕੰਡਕਟ ਕਰ ਰਹੇ ਸੀ ਉਹਨੇ ਏਜੰਡਾ ਸੈੱਟ ਕਰਨਾ ਸੀ ਉਹਨੇ ਕਿਹਾ ਕਿ ਖਾਲਸਾ ਜੀ ਅੰਗਰੇਜ਼ਾ ਇਥੋਂ ਜਿਹੜਾ ਆ ਉਹ ਬੋਰੀਆ ਬਿਸਤਰਾ ਗੋਲ ਕਰਕੇ ਜਾ ਰਹੇ ਨੇ ਤੇ ਕਹਿੰਦੇ ਤੇ ਤੋਂ ਪਹਿਲਾਂ ਹੀ ਇੱਕ ਨੇ ਹੱਥ ਖੜਾ ਕਰ ਦਿੱਤਾ ਕਿ ਜੀ ਅਸੀਂ ਬਿਲਕੁਲ ਅੰਗਰੇਜ਼ਾਂ ਨੂੰ ਜਿਹੜਾ ਉਹ ਬਿਸਤਰਾ ਗੋਲ ਕਰਕੇ ਨਹੀਂ ਲਜਾਣ ਦੇਣਾ ਉਹਨਾਂ ਦੇ ਬਿਸਤਰੇ ਇੱਥੇ ਹੀ ਰਖੋਣੇ ਤੋ ਕਹਿੰਦਾ ਜੀ ਅਗਲੇ 5 ਘੰਟੇ ਫਿਰ ਇਹੀ ਬਹਿਸ ਹੁੰਦੀ ਰਹੀ ਕਿ ਅੰਗਰੇਜ਼ਾਂ ਨੂੰ ਬਿਸਤਰਾ ਲਜਾਣ ਦੇਣਾ ਕਿ ਨਹੀਂ ਲਜਾਣ ਦੇਣਾ ਤੇ ਸਿੱਖਾਂ ਨੇ ਕਰਨਾ ਕੀ ਜੀ ਸੋ ਭਾਵੇਂ ਇੱਕ ਲਾਈਟਰ ਵੇਂਜ ਕਹੀ ਗਈ ਗੱਲ ਹੈ ਤੇ ਅੱਜ ਮੈਨੂੰ ਵੀ ਇਹ ਲੱਗ ਰਿਹਾ ਹੈ ਕਿ ਜਿਹੜੀ opportunity ਸਾਡੇ ਕੋਲ ਹੈ ਹੁਣ ਡਿਬੇਟ ਸਰਬੱਤ ਖਾਲਸਾ ਇੱਥੇ ਹੋਏ ਉੱਤੇ ਹੋਏ ਕੀ ਹੋਏ ਜਥੇਦਾਰ ਬੁਲਾ ਸਕਦੇ ਨੇ ਨਹੀਂ ਬੁਲਾ ਸਕਦੇ ਅਸੀਂ ਅਸੀਂ ਇਹ ਭੁੱਲ ਹੀ ਗਏ ਕਿ ਵੀ ਇਹ ਅਲਟੀਮੇਟਲੀ ਕੋਪਰਚੁਨਿਟੀ ਹੈ ਜਿੱਥੇ ਕਿ ਤੁਸੀਂ ਜਿਹੜਾ ਇਹਨਾਂ ਦਾ ਸਟੇਟਸ ਕੋ ਹੈ ਜਿਹੜੀ ਇਹਨਾਂ ਦੀ ਇਸਟੈਬਲਿਸ਼ਮੈਂਟ ਜਿਹੜੀ ਇੰਡੀਅਨ ਏਜੰਸੀਆਂ ਦੇ ਲਈ ਕੰਮ ਕਰ ਰਹੀ ਹੈ ਉਸ ਨੂੰ ਤੋੜਨਾ ਹੈ ਤੁਸੀਂ ਤੁਸੀਂ ਲੋਕਾਂ ਨੂੰ ਇੱਕ ਹੋਪ ਦੇਣੀ ਹੈ ਕਿ ਇਹਨਾਂ ਨਾਲੋਂ ਬੈਟਰ ਸਾਡੇ ਕੋਲ ਜਿਹੜਾ ਹੈ ਪ੍ਰਬੰਧ ਅਸੀਂ ਕਰ ਸਕਦੇ ਹਾਂ ਔਰ ਇਹ ਜਿਹੜੇ ਨੇ ਡਿਸਕ੍ਰੈਡਿਟ ਨੇ ਇਹਨਾਂ ਨੂੰ ਨਕਾਰੋ ਸੋ ਅਲਟੀਮੇਟ ਜਿਹੜੀ ਜਿਹੜਾ ਇਸ਼ੂ ਹੈ ਉਹ ਬਿਲਕੁਲ ਹੀ ਗਾਇਬ ਹੋ ਗਿਆ ਹੈ ਤੇ ਹੁਣ ਡਿਬੇਟ ਔਰ ਇਹੀ ਦੁਸ਼ਮਣ ਨੂੰ ਸੂਟ ਕਰਦੀ ਐਵੇਂ ਨਹੀਂ ਉਹਨਾਂ ਨੇ ਮੱਕੜ ਨੂੰ ਕਿਹਾ ਜੀ ਸੂਡੋ ਇੰਟੈਲੈਕਚੁਅਲ ਇਕੱਠੇ ਕਰੋ ਕਿ ਜੀ ਸਰਬੱਤ ਖਾਲਸਾ ਕੌਣ ਬੁਲਾ ਸਕਦਾ ਹੈ ਬੁਲਾ ਸਕਦਾ ਹੈ ਕਿ ਨਹੀਂ ਬੁਲਾ ਸਕਦਾ ਹੈ ਕੋਈ ਹੋਰ ਤਾਲਕ ਮੇਲ ਕਮੇਟੀ ਨੇ ਵੀ ਕਿਹਾ ਜੀ ਨਹੀਂ ਇੱਥੇ ਹੋਣਾ ਚਾਹੀਦਾ ਹੈ ਉੱਥੇ ਹੋਣਾ ਚਾਹੀਦਾ ਹੈ ਹੁਣ ਗੱਲ ਮੈਨੂੰ ਨਹੀਂ ਸਮਝ ਆਉਂਦੀ ਵੀ ਅਸੀਂ ਕਿਉਂ ਇਸ ਕਿਸਮ ਦਾ ਵਰਤਾਰਾ ਕਰਦੇ ਕਿ ਵੀ ਇਹ ਹੁਣ ਗੱਲ ਉਸ ਕਿਸਮ ਦੀ ਬਣ ਗਈ ਕਿ ਵੀ ਹੁਣ ਅੰਗਰੇਜ਼ਾਂ ਨੂੰ ਤੁਸੀਂ ਬਿਸਤਰਾ ਗੋਲ ਕਰਕੇ ਨਹੀਂ ਲਜਾਣ ਦੇਣਾ ਇਕੱਠ ਜਿਹੜਾ ਸੀ ਕਿ ਭਾਈ ਕੌਮ ਦਾ ਕੀ ਬਣਾਣਾ ਤੇ ਗੱਲ ਕਿਧਰ ਨੂੰ ਚਲੀ ਗਈ ਸੋ ਇਹ ਜਿਹੜਾ ਪਾਰਟ ਹੈ ਵੀ ਰਮਕਾਰ ਸਿੰਘ ਜੀ ਨੇ ਤੁਸੀਂ ਕਿਹਨਾਂ ਦਾ ਪੜਿਆ ਰਮਕਾਰ ਸਿੰਘ ਜੀ ਦੀ ਗੱਲ ਹੀ ਕਰ ਰਹੇ ਜੀ ਡਾਕਟਰ ਸਾਹਿਬ ਹਾਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਏਜੰਸੀ ਇੰਟੈਲੀਜੈਂਸ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ ਪਰ ਮੈਂ ਸਮਝਦਾ ਵੀ ਅਸੀਂ ਤਾਂ ਅਜੇ ਬਹੁਤ ਪਿੱਛੇ ਐਵੇਂ ਰੇਤ ਦੇ ਨਾਲ ਹੀ ਖੇਡ ਰਹੇ ਹਾਂ ਔਰ ਇੱਕ ਦੂਜੇ ਵੱਲ ਜਿਹੜਾ ਉਹ ਮਿੱਟੀ ਉਛਾਲ ਰਹੇ ਹਾਂ ਇਸ ਤੋਂ ਬਿਯੋਂਡ ਕੁਛ ਨਹੀਂ ਹੈ ਜੀ ਡਾਕਟਰ ਸਾਹਿਬ ਬਿਲਕੁਲ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸ ਕਹਾਣੀ ਸਿੱਖ ਇਤਿਹਾਸ ਦੇ ਹਵਾਲੇ ਨਾਲ ਕੁਝ ਸੋਰਸ ਕਿਉਂਕਿ ਹਮੇਸ਼ਾ ਹਿਸਟੋਰੀਕਲ ਡੇਟਸ ਬਹੁਤ ਵੇਰੀ ਕਰਦੀਆਂ ਨੇ ਔਰ ਕਈ ਵਾਰ ਡੈਫੀਨਿਟਲੀ ਕੁਝ ਕਹਿਣਾ ਔਖਾ ਹੁੰਦਾ ਹੈ ਜੀ ਪਰਿਖ ਸੋਰਸ ਮੁਤਾਬਕ 1573 ਚ ਅਜਦੇ ਦਿਨ ਅਮਰਤ ਸਰੋਵਰ ਦੀ ਜਿਹੜੀ ਗਰਾਉਂਡ ਬ੍ਰੇਕਿੰਗ ਹੈ ਇਹ ਗੁਰੂ ਰਾਮਦਾਸ ਜੀ ਨੇ ਕੀਤੀ ਚੱਕ ਰਾਮਦਾਸ ਤੇ ਹਰਮੰਦਰ ਸਾਹਿਬ ਦੇ ਸਰੋਵਰ ਦੀ 1908 ਦੇ ਵਿੱਚ ਚੀਫ ਖਾਲਸਾ ਦੀਵਾਨ ਕਿਉਂਕਿ ਸਿੰਘ ਸਭਾ ਮੂਵਮੈਂਟ ਦੇ ਖਾਤਮੇ ਤੋਂ ਬਾਅਦ ਚੀਫ ਖਾਲਸਾ ਦੀਵਾਨ ਹੋਂਦ ਚ ਆਇਆ ਖਾਲਸਾ ਕਾਲਜ ਸਕੂਲ ਬਣ ਰਿਹਾ ਸੀ ਸੈਂਟਰਲ ਖਾਲਸਾ ਯਤਿਮਖਾਨਾ 1903 ਚ ਹੋਂਦ ਚ ਆਇਆ ਇੱਕ ਬੜਾ ਚੰਗਾ ਕੰਮ ਚੀਫ ਖਾਲਸਾ ਦਿਵਾਨ ਨੇ ਕੀਤਾ 1908 ਚ ਖਾਲਸਾ ਪ੍ਰਚਾਰਕ ਵਿਦਿਆਲਾ ਤਰਨਤਾਰਨ ਦੇ ਵਿੱਚ ਸ਼ੁਰੂ ਕੀਤਾ ਗਿਆ ਜਿੱਥੋਂ ਕਿ ਸਿੱਖ ਮਿਸ਼ਨਰੀ ਸਿੱਖ ਪ੍ਰਚਾਰਕ ਜਿਹੜੇ ਨੇ ਉਹ ਪੈਦਾ ਹੋਏ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1844 ਚ ਡੋਮਿਨਿਕਨ ਰਿਪਬਲਿਕ ਜਿਹੜਾ ਹੈ ਉਹ ਸਪੇਨ ਤੋਂ ਆਜ਼ਾਦ ਹੋਇਆ 1860 ਚ ਲਿੰਕਨ ਪ੍ਰੈਜ਼ੀਡੈਂਟ ਬਣਿਆ ਇਹ ਕੈਂਟਕੀ ਦੇ ਵਿੱਚ ਬੌਰਨ ਸੀ ਹੋਇਆ ਔਰ ਇਲਿਨੋਇਸ ਤੋਂ ਇਹ ਜਿਹੜਾ ਪਹਿਲਾ ਕਾਂਗਰਸਮੈਨ ਵੀਰੇ ਰਿਪrezentਟੇਟਿਵ ਰੇ ਇਸ 16ਵਾਂ ਪ੍ਰੈਜ਼ੀਡੈਂਟ ਸੀ ਪਰ ਇਸ ਦੀ ਅਸੈਸੀਨੇਸ਼ਨ ਕਤਲ ਹੋ ਗਿਆ ਸੀ ਅਬਰਾਹਿਮ ਲਿੰਕਨ ਵਨ ਆਫ ਦਾ ਗ੍ਰੇਟੈਸਟ ਪ੍ਰੈਜ਼ੀਡੈਂਟਸ ਆਫ ਅਮਰੀਕਾ ਸਲੇਵਰੀ ਨੂੰ ਖਤਮ ਕੀਤਾ 1879 ਦੇ ਵਿੱਚ ਕੈਨੇਡਾ ਨੇ ਪਹਿਲਾ ਥੈਂਕਸਗਿਵਿੰਗ ਡੇ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ 1903 ਚ ਅਮਰੀਕਾ ਨੇ ਪਨਾਮਾ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ 1917 ਚ ਪਹਿਲੀ ਵਾਰ ਨਿਊਯਾਰਕ ਸਟੇਟ ਨੇ ਔਰਤਾਂ ਨੂੰ ਵੋਟ ਦਾ ਹੱਕ ਦਿੱਤਾ ਜਦੋਂ ਕਿ ਓਵਰਆਲ ਅਮਰੀਕਾ ਚ 1920 ਦੇ ਵਿੱਚ ਹੱਕ ਮਿਲਿਆ ਜੀ 1917 ਚ ਰਸ਼ੀਅਨ ਇਨਕਲਾਬ ਦੀ ਬਿਗਨਿੰਗ ਹੋਈ ਲੈਨਿਨ ਨੇ ਔਰ ਦੂਸਰੇ ਸਾਥੀਆਂ ਨੇ ਵਿੰਟਰ ਪੈਲੇਸ ਜਿਹਨੂੰ ਪੈਟਰੋਗ੍ਰਾਡ ਕਹਿੰਦੇ ਸੀ ਮਾਸਕੋ ਉਸ ਦੇ ਉੱਤੇ ਕਬਜ਼ਾ ਕੀਤਾ 1922 ਚ ਕਿੰਗ ਜਾਰਜ 5ਵੇਂ ਨੇ ਆਇਰਿਸ਼ ਫ੍ਰੀ ਸਟੇਟ ਜਿਹੜਾ ਕਿ ਅੱਜ ਆਇਰਲੈਂਡ ਕੋ ਹੁੰਦਾ ਹੈ ਉਸ ਨੂੰ ਮਾਨਤਾ ਦਿੱਤੀ 1923 ਚ ਯੂਐਸਐਸਆਰ ਨੇ ਜਿਹੜਾ ਇੱਕ ਐਕਸਪੈਰੀਮੈਂਟ ਦੇ ਤੌਰ ਤੇ 5 ਦਿਨਾਂ ਦਾ ਹਫਤਾ ਮੰਡੇ ਥਰੂ ਫਰਾਈਡੇ ਕੰਮ ਸਾਡਾ ਵੀ ਅੱਜ 5 ਦਿਨਾਂ ਦਾ ਹਫਤਾ ਹੀ ਹੈ ਅੱਜ ਲਾਸਟ ਡੇ ਜੀ ਇਸ ਦੀ ਸ਼ੁਰੂਆਤ ਕੀਤੀ 1928 ਦੇ ਵਿੱਚ ਕਰਨਲ ਜੈਕਬ ਨੇ ਜਿਹੜਾ ਫਰਸਟ ਇਲੈਕਟ੍ਰਿਕ ਰੀਜ਼ਰ ਇਸ ਨੂੰ ਪੇਟੈਂਟ ਕਰਵਾਇਆ 1940 ਚ ਫਰੈਂਕਲਿਨ ਰੋਜ਼ਵੈਲਟ ਜਿਹੜਾ ਹੈ ਅਮਰੀਕਾ ਦਾ ਦੁਬਾਰਾ ਪ੍ਰਧਾਨ ਬਣਿਆ 1962 ਚ ਯੂਨ ਜਨਰਲ ਅਸੈਂਬਲੀ ਨੇ ਸਾਊਥ ਅਫਰੀਕਾ ਨੂੰ ਕੰਡੈਮਨ ਕੀਤਾ ਉਸਦੇ ਨਸਲੀ ਭੇਦਭਾਵ ਦੀ ਨੀਤੀ ਲਈ ਔਰ ਇਹ ਕਿਹਾ ਕਿ ਇਸ ਨਾਲ ਕੋਈ ਮਾਲੀ ਤੇ ਫੌਜੀ ਸਬੰਧ ਨਾ ਰੱਖੇ ਜਾਣ ਔਰ 1990 ਚ ਇੱਕ ਬੜੀ ਜ਼ਬਰਦਸਤ ਫਾਇਰ ਜਨੇ ਯੂਨੀਵਰਸਲ ਸਟੂਡੀਓ ਦੇ ਕਾਫੀ ਹਿੱਸੇ ਨੂੰ ਤਬਾਹ ਕਰ ਦਿੱਤਾ ਔਰ 1991 ਚ ਰਸ਼ੀਅਨ ਪ੍ਰੈਜ਼ੀਡੈਂਟ ਯੇਲਸਿਨ ਨੇ ਕਮਿਊਨਿਸਟ ਪਾਰਟੀ ਨੂੰ ਗੈਰ ਕਾਨੂੰਨੀ ਐਲਾਨਿਆ ਇਹ ਵਰਲਡ ਹਿਸਟਰੀ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਬਇਤ ਨੰਬਰ 104 ਨੂੰ ਚੁਣਿਆ ਬ੍ਰਿਜਪਾਦਸ਼ਾ ਦੇ ਵਿੱਚ ਹੈ ਜੀ ਲੋਚਨ ਧਿਆਨ ਸਮ ਲੋਸ਼ਟ ਕਨਿਕ ਤੰਕੇ ਸ਼੍ਰਵਣ ਉਸਤਤ ਨਿੰਦਾ ਸੰਸਰ ਜਾਣੀਐ ਨਾਸਿਕਾ ਸੁਗੰਧ ਬਿਰਗੰਧ ਸਮਤੁਲ ਤੰਕੇ ਹृदय ਮਿਤ੍ਰ ਛਤਰ ਸੰਸਰ ਉਨਮਾਨੀਐ ਰਸਨ ਸੁਆਦ ਬਿਖ ਅੰਮ੍ਰਿਤ ਸਮਾਨ ਤੰਕੇ ਕਰ ਸਪਰਸ਼ ਜਲ ਅਗਨ ਸਮਾਨੀਐ ਦੁਖ ਸੁਖ ਸੰਸਾਰ ਵਿਆਪੇ ਨਾ ਹਰਖ ਸੋਗ ਜੀਵਨ ਮੁਕਤ ਗਤ ਸਤਗੁਰ ਗਿਆਨੀ ਜੀ ਜਿਵੇਂ ਸੁਖਮਣੀ ਸਾਹਿਬ ਜੀਵਨ ਮੁਕਤ ਕੌਣ ਹੈ ਇਸ ਨੂੰ ਗੁਰੂ ਅਰਜਨ ਸਾਹਿਬ ਨੇ ਡਿਫਾਈਨ ਕੀਤਾ ਤੈਸਾ ਹਰਖ ਤੈਸਾ ਉਸ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ स्वर्ण ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਐਸੀ ਬਖਾਟੀ ਤੈਸਾ ਮਾਨ ਤੈਸਾ ਬਿਮਾਨ ਤੈਸਾ ਰੰਗ ਤੈਸਾ ਰਾਜਾਨ ਜੀ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਖ ਤੇ ਜਦੋਂ ਮੈਂ ਇਸ ਕਵਿਤਾ ਨੂੰ ਪੜਿਆ ਤੇ ਆਲਮੋਸਟ ਇਹ ਉਸ ਦੀ ਇੰਟਰਪ੍ਰੀਟੇਸ਼ਨ ਹੀ ਹੈ ਔਰ ਇਹਦੇ ਚ ਭਾਈ ਸਾਹਿਬ ਕਹਿੰਦੇ ਨੇ ਕਿ ਜਿਸ ਦੀਆਂ ਅੱਖਾਂ ਚ ਇੱਕ ਮਿੱਟੀ ਦਾ ਢੇਲਾ ਔਰ ਸੋਨਾ ਕਨਕ ਸੋਨੇ ਨੂੰ ਇੱਕ ਬਰਾਬਰ ਹੋਏ ਜਿਸ ਦੇ ਕੰਨਾਂ ਚ ਪਾਵੇਂ ਉਸਤਦ ਦੇ ਕੋਈ ਸ਼ਬਦ ਪਾਏ ਪਾਵੇਂ ਉਹਦੀ ਨਿੰਦਾ ਕਰੇ ਉਸ ਨੂੰ ਕੋਈ ਫਰਕ ਨਾ ਪਏ ਇੱਕ ਬਰਾਬਰ ਲੱਗਣ ਜਿਸ ਦੀਆਂ ਨਾਸਾਂ ਦੇ ਵਿੱਚ ਖੁਸ਼ਬੂ ਔਰ ਬਦਬੂ ਉਸ ਦੇ ਵਿੱਚ ਕੋਈ ਫਰਕ ਨਾ ਲੱਗੇ ਔਰ ਜਿਸ ਦੇ ਹਿਰਦੇ ਦੇ ਅੰਦਰ ਮਿੱਤਰ ਔਰ ਸ਼ਤਰੂ ਦੇ ਵਿੱਚ ਕੋਈ ਫਰਕ ਨਾ ਹੋਵੇ ਉਹ ਨਫ਼ਰਤ ਨਾ ਕਰੇ ਮਿੱਤਰ ਸ਼ਤਰ ਇੱਕ ਸਮਾਨ ਜਾਣੇ ਜਿਸ ਦੀ ਰਸਨਾ ਬਖ ਔਰ ਅੰਮ੍ਰਿਤ ਜ਼ਹਿਰ ਔਰ ਅੰਮ੍ਰਿਤ ਦੋਨਾਂ ਨੂੰ ਇੱਕ ਸਮਾਨ ਜਾਣੇ ਔਰ ਜਿਹੜਾ ਪਾਣੀ ਦਾ ਸਪਰਸ਼ ਕਰਕੇ ਜਾਂ ਅੱਗ ਦਾ ਸਪਰਸ਼ ਕਰਕੇ ਪਾਣੀ ਨਾਲ ਉਹ ਨਿਹਾਲ ਨਾ ਹੋਏ ਅੱਗ ਦੇ ਨਾਲ ਉਹ ਬੇਹਾਲ ਨਾ ਹੋਏ ਔਰ ਦੁੱਖ ਸੁੱਖ ਨੂੰ ਉਹ ਇੱਕ ਕਰਕੇ ਜਾਣੇ ਹਰਖ ਸੋਗ ਨੂੰ ਇੱਕ ਕਰਕੇ ਜਾਣੇ ਜੀਵਨ ਮੁਕਤ ਗਤ ਸਤਗੁਰ ਗਿਆਨੀ ਹੈ ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਐਸਾ ਪੁਰਖੀ ਜੀਵਨ ਮੁਕਤ ਹੈ ਜਿਹੜਾ ਜਿਸ ਨੂੰ ਅਸੀਂ ਬਾਣੀ 'ਚ ਹੋਰ ਵੀ ਬਹੁਤ ਸਾਰੇ ਉਦਾਹਰਣ ਨੇ ਕਿ ਉਸਤਤ ਔਰ ਨਿੰਦਾ ਇਸ ਨੂੰ ਬਹੁਤ ਵਾਰੀ ਉਸਤਤ ਦੇ ਵਿੱਚ ਅਸੀਂ ਬਹੁਤ ਉੱਪਰ ਉੱਠਦੇ ਆ ਕੋਈ ਬੁਰਾ ਕਹਿੰਦਾ ਫਿਰ ਅਸੀਂ ਉਦਾਸ ਹੁੰਦੇ ਸੋ ਇੱਥੇ ਤੁਹਾਡੀ ਉਹੀ ਬਿਰਤੀ ਰਹੇ ਸਭ ਬਿਰਤੀ ਰਹੇ ਦੁਸ਼ਮਣ ਸੱਜਣ ਹਰਕ ਸੋ ਆਨੰਦ ਵੀ ਹੋ ਸੋਨਾ ਮਿੱਟੀ ਅੰਮ੍ਰਿਤ ਜ਼ਹਿਰ ਮਾਨ ਅਪਮਾਨ ਰੰਗ ਰਾਜਾਨ ਜੇ ਇਸ ਸਭ ਦੇ ਵਿੱਚ ਵੀ ਇੱਕ ਸਤੁਲਤਾ ਇੱਕ ਸਮ ਰਹਿਣ ਦੀ ਆ ਜਾਏ ਤੇ ਨਾਨਕ ਉਹ ਪੁਰਖ ਕੇ ਜੀਵਨ ਮੁਕਤ ਔਰ ਪਾਈ ਸਾਹਿਬ ਕਹਿੰਦੇ ਨੇ ਜੀਵਨ ਮੁਕਤ ਗਤ ਸਤਗੁਰ ਗਿਆਨੀ ਆ ਉਹੀ ਗਿਆਨਵਾਨ ਪੁਰਖ ਜੀਵਨ ਮੁਕਤੇ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਥੜਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈਵਰਸ ਕੋ ਲੈਣੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਦਾ ਤੁਸੀਂ ਆਪਣੀ ਰਾਏ ਤੇ ਸਜਾ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS HTV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨ ਮੁਕਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਦਰਸ਼ਨ ਅਗਿਆਦ ਦੇਖਦੇ ਰਹੋ TV HTV4 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ